ਹੈਲੋ ਮੁੰਡਿਓ, ਕੀ ਹਾਲ ਚਾਲ ਹੈ? ਸਵਾਗਤ ਹੈ ਸਾਡੀ ਵੀਡੀਓ 'ਚ। ਅੱਜ ਆਪਾਂ ਖੇਡ ਪਹਿਲੇ ਕਾਰ ਸੇਲਰ ਸਿਮੂਲੇਟਰ, ਅਤੇ ਜਿਹਨੇ ਪਿਛਲੀ ਵੀਡੀਓ ਨਹੀਂ ਦੇਖੀ ਉਹਨੂੰ ਮੈਂ ਦੱਸ ਦਿੰਦਾ ਪਿਛਲੀ ਵੀਡੀਓ 'ਚ ਕੀ ਹੋਏਗਾ। ਪਿਛਲੀ ਵੀਡੀਓ ਖਰੀਦੀਆਂ ਹੈਗੀਆਂ ਆਪਾਂ, ਨਿਊ ਸੁਪਰ ਕਾਰ ਬਾਏ ਕੀਤੀਆਂ ਹੈਗੀਆਂ। ਸੁਪਰ ਕਾਰ ਚੈਲੇਂਜ ਆਪਾਂ ਕੀਤਾ ਸੀਗਾ ਪਿਛਲੀ ਵੀਡੀਓ ਸਟਾਰਟ, ਅਤੇ ਨਿਊ ਸੁਪਰ ਕਾਰ ਆਪਾਂ ਲੈ ਕੇ ਆਏ, ਉਹਨਾਂ ਨੂੰ ਮੋਡੀਫਾਈ ਕਰਾਇਆ, ਉਹਨਾਂ ਨੂੰ ਰਿਪੇਅਰ ਕਰਾਇਆ, ਅਤੇ ਆ ਚੁੱਕੀਆਂ ਸ਼ੋਰੂਮ 'ਚ ਮੈਂ ਉਹਨੂੰ ਲੈ ਕੇ ਆ ਚੁੱਕਾਂ, ਅਤੇ ਉਹਨਾਂ ਨੂੰ ਕਰਾਇਆ ਆਪਾਂ ਸਕਿੱਲ ਪੁਆਇੰਟ ਖੋਲੇਗੇ ਪਿਛਲੀ ਵੀਡੀਓ 'ਚ, ਅਤੇ ਫਰਾਰੀ ਕਰਤੀ ਆ ਪਾਕ। ਅਤੇ ਚਲੋ ਮੁੰਡੇ, ਉਹ ਹੋ ਚੁੱਕਾ। ਅਗਲਾ ਦਿਨ ਮੈਂ ਆ ਚੁੱਕਾ ਦੁਬਾਰਾ ਤੋਂ ਆਪਣਾ ਆਫਿਸ, ਅਤੇ ਗੱਡੀਆਂ ਆਪਾਂ ਕਰਤੀਆਂ ਬਿਲਕੁਲ ਸਾਰੀਆਂ ਪਾਕ। ਅਤੇ ਹੁਣ ਲਾ ਲੈਂਦੇ ਨੇ ਇਹਨਾਂ ਦੇ ਪ੍ਰਾਈਜ਼, ਅਤੇ ਆਹ ਦੇਖ ਸਕਦੇ ਹੋ ਮੈਂ ਜਿਹੜਾ ਸਕਿੱਲ ਪੁਆਇੰਟ ਖੋਲਿਆ ਸੀ ਪਿਛਲੀ ਵੀਡੀਓ 'ਚ, ਤੁਹਾਨੂੰ ਮੈਂ ਦਿਖਾ ਦਿੰਦਾ ਕਿ ਆਪਣਾ ਜਿਹੜਾ ਹੈਗਾ ਵਾ, ਆਪਾਂ ਜਿਹੜਾ ਬੰਦਾ ਰੱਖਿਆ ਹੋਇਆ ਵਾ ਆਪਣੇ ਥੱਲੇ, ਅਤੇ ਉਹ ਆਪਣੀ ਸਾਰੀ ਗੱਡੀਆਂ ਨੂੰ ਸਾਫ਼ ਕਰੇਗਾ। ਹੁਣ ਦੇਖੋ, ਇਹ ਦੇਖਦੇ ਆਪਾਂ ਸਕਿੱਲ ਪੁਆਇੰਟ ਖੋਲਿਆ ਹੈਗਾ। ਲਓ ਜੀ, ਲਓ ਸਾਫ਼ ਕਰਨ ਡਿਆ। ਅਤੇ ਹੁਣ ਚਲਦੇ ਹਾਂ ਥੱਲੇ, ਅਤੇ ਹੁਣ ਲਾਉਂਦੇ ਹਾਂ ਆਪਾਂ ਗੱਡੀਆਂ 'ਤੇ। ਪਹਿਲਾਂ ਤੁਹਾਨੂੰ ਗੱਡੀਆਂ ਵਿਖਾ ਦੇਣਾ, ਇਹ ਖਲੋਤੀ ਲੰਬੋਰਗਿਨੀ, ਇਹ ਖਲੋਤੀ ਓਡੀ R8, ਅਤੇ ਉਹ ਖਲੋਤੀ ਫਰਾਰੀ। ਤਿੰਨੋਂ ਗੱਡੀਆਂ ਅਲੱਗ ਅਲੱਗ ਕੰਪਨੀ ਦੀਆਂ ਥੱਲੇ ਖਲੋਤੀਆਂ ਨੇ, ਅਤੇ ਉੱਤੇ ਵੀ ਤੁਹਾਨੂੰ ਦਿਖਾ ਦਿੰਦਾ ਕਿਹੜੀ ਕਿਹੜੀ ਗੱਡੀ ਆਪਾਂ ਉੱਤੇ ਖੜੀ ਕੀਤੀ ਹੋਈ ਹੈ। ਅਤੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰੀ ਜਾਓ। ਅਤੇ ਇਹ ਉੱਤੇ ਖਲੋਤੀ ਇੱਕ ਸੁਪਰਾ, ਇੱਕ ਖਲੋਤੀ ਹੈ ਪੋਰਸ਼, ਪੋਰਸ਼ ਦੇਖ ਸਕਦੇ ਹੋ, ਅਤੇ ਸੁਪਰਾ ਵੀ ਦੇਖ ਸਕਦੇ ਹੋ। ਕਲਰ ਸਾਰੇ ਵਧੀਆ ਵਧੀਆ ਕਰਾਏ ਨੇ, ਅਤੇ ਇਹ ਹੈਗੀ ਆਪਣੀ ਮਸਟੈਂਗ, ਮਸਟੈਂਗ ਦੇਖ ਸਕਦੇ ਹੋ। ਚਲੋ ਜੀ, ਮਸਟੈਂਗ ਵੀ ਦੇਖ ਲਓ, ਵਧੀਆ ਲੱਗਣ ਦੀ ਮਸਟੈਂਗ। ਅਤੇ ਵੀਡੀਓ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਅਤੇ ਚਲਦੇ ਹੁਣ ਇਹਨਾਂ ਦੇ ਰੇਟ ਲਾਉਣ। ਚਲੋ ਮੁੰਡਿਓ, ਪ੍ਰਾਈਜ਼ ਲਾਉਣ ਆ ਚੁੱਕੇ ਹਾਂ ਇਹਨਾਂ ਦੇ, ਅਤੇ ਹੁਣ ਪ੍ਰਾਈਜ਼ ਲਾ ਲੈਂਦੇ ਹਾਂ। ਪਹਿਲਾਂ ਆਪਾਂ ਲਾਉਂਦੇ ਹਾਂ ਓਡੀ, ਪਹਿਲਾਂ ਬਿੱਲ ਪੇ ਕਰ ਦਿੰਦੇ ਹਾਂ। ਓਹੋ, ਬਿੱਲ ਪੇ ਕਰੋ, ਅਤੇ ਹੁਣ ਲਾਉਂਦੇ ਆਪਾਂ ਸਿੱਧਾ ਬਿੱਲ ਲਾਵਾਂਗੇ ODR-R। ਸਭ ਤੋਂ ਮਹਿੰਗੀ ਹੈਗੀ ਸਾਡੀ ਗੱਡੀ ਹੈਗੀ ਸ਼ੋਰੂਮ 'ਚ ODR-R। ਕਿੱਥੇ ਗਈ ODR-R, ਮਤਲਬ 4,44,000 ਦੀ ਖਰੀਦੀ, ਅਤੇ ਇਹਦਾ ਲਾ ਦਿੰਦੇ ਹਾਂ ਰੇਟ ਆਪਾਂ 10,00,000। 10,00,000 ਲਾ ਕੇ ਓਨ ਸੇਲ ਕਰ ਦਿੰਦੇ ਹਾਂ। ਅਤੇ ਹੁਣ ਲਾਉਂਦੇ ਹਾਂ ਦੂਜੀ ਗੱਡੀ ਦਾ ਰੇਟ, ਅਤੇ ਫਿਰ ਤੁਹਾਨੂੰ ਮੈਂ ਦਿਖਾਉਣਾ ਦੂਜੀ ਗੱਡੀ ਕਿਹੜੀ ਲਾਈਏ, ਕਿਹੜੀ ਲਾਈਏ ਜਿਹੜੀ ਥੱਲੇ ਖਲੋਤੀ ਹੋਵੇ। ਇਹ 4,32,000 ਦੀ ਖਰੀਦੀ ਆਪਾਂ, ਅਤੇ ਲਾ ਦਿੰਦੇ ਹਾਂ ਰੇਟ, ਅਤੇ 9,00,000 ਦੀ ਲਾ ਦਿੰਦੇ ਹਾਂ ਲੰਬੋਰਗਿਨੀ ਦਾ ਰੇਟ। ਚਲੋ ਮੁੰਡਿਓ, ਪ੍ਰਾਈਜ਼ ਆਪਾਂ ਲਾ ਦਿੱਤੇ ਸਾਰੀ ਗੱਡੀਆਂ ਦੇ। ਮੈਂ ਤੁਹਾਡਾ ਟਾਈਮ ਵੇਸਟ ਨਾ ਹੋਵੇ, ਇਸ ਕਰਕੇ ਪ੍ਰਾਈਜ਼ ਲਾ ਕੇ ਤੁਹਾਨੂੰ ਮੈਂ ਮਿਲਦਾ, ਮਤਲਬ ਪ੍ਰਾਈਜ਼ ਲਾ ਲਏ ਨੇ ਹੁਣ ਮੈਂ। ਅਤੇ ਚਲੋ ਮੁੰਡਿਓ, ਕਸਟਮਰ ਵੀ ਆ ਚੁੱਕੇ ਨੇ, ਅਤੇ ਬਿਨਾਂ ਟਾਈਮ ਵੇਸਟ ਕੀਤੇ ਕਸਟਮਰ ਵੀ ਆ ਚੁੱਕੇ ਨੇ। ਅਤੇ ਕਸਟਮਰ ਦੇਖਦੇ ਹਾਂ ਕੀ ਪ੍ਰਾਈਜ਼ ਦੇ ਰਿਹਾ ਲੰਬੋਰਗਿਨੀ ਦੇ ਰਿਹਾ। 6,49,000 ਦੇ ਰਿਹਾ, 6,49,000 ਪ੍ਰਾਈਜ਼ ਦੇ ਰਿਹਾ, ਅਤੇ ਇਹਨੂੰ ਆਪਾਂ 8,00,000 ਔਫਰ ਕਰ ਦਿੰਦੇ ਹਾਂ। ਅਤੇ 8,00,000 ਤਾਂ ਨਹੀਂ ਮੰਨਿਆ ਯਾਰ, ਅਤੇ ਫਿਰ ਇਹਨੂੰ ਔਫਰ ਕਰਦੇ ਹਾਂ ਆਪਾਂ 7,50,000 ਕਰ ਦਿੰਦੇ ਹਾਂ। 7,50,000 ਤਾਂ ਮੰਨ ਜਾਣਾ ਚਾਹੀਦਾ, ਅਤੇ 7,50,000 ਕਰਦੇ ਹਾਂ ਔਫਰ, ਅਤੇ 7,50,000 ਔਫਰ ਕੀਤਾ, ਅਤੇ 7,50,000 ਤਾਂ ਮੰਨ ਗਿਆ। ਚਲੋ ਮੁੰਡਿਓ, ਲੰਬੋਰਗਿਨੀ ਹੋ ਗਈ ਸੇਲ, ਅਤੇ ਚਲੋ ਮੁੰਡੇ ਹੁਣ ਆ ਚੁੱਕੇ ਹਾਂ ਦੂਜੇ ਕਸਟਮਰ ਆਲ ODR-R ਦੇ, ਅਤੇ ਦੇਖ ਲੈਂਦੇ ਹਾਂ ਕਿੰਨਾ ਪ੍ਰਾਈਜ਼ ਦੇ ਰਹੀ ਹੈ। ਇਹ ਦੇ ਰਹੀ ਹੈ 7,32,000, ਅਤੇ ਇਹਨੂੰ ਆਪਾਂ ਔਫਰ ਕਰਦੇ ਹਾਂ 10,00,000 ਦੀ ਆਪਾਂ ਲਾਈ ਹੈ, 7,32,000 ਦੇ ਰਹੀ ਹੈ, ਠੀਕ ਹੈ। ਅਤੇ ਇਹਨੂੰ ਆਪਾਂ ਔਫਰ ਕਰ ਦਿੰਦੇ ਹਾਂ ਫਿਰ 9,00,000 ਔਫਰ ਕਰਕੇ ਦੇਖਦੇ ਹਾਂ। 9,00,000 ਤਾਂ ਮੰਨ ਜੇ, ਅਤੇ ਨਹੀਂ ਮੰਨੀ 9,00,000 ਤਾਂ ਫਿਰ ਕਰਦੇ ਹਾਂ ਆਪਾਂ ਇਹਨੂੰ ਕਰ ਦਿੰਦੇ ਹਾਂ 8,32,000 ਕਰ ਦਿੰਦੇ ਹਾਂ ਔਫਰ। 8,32,000 ਕਰਤਾ ਔਫਰ, ਅਤੇ 8,32,000 ਤਾਂ ਮੰਨ ਗਈ। ਚਲੋ ਮੁੰਡਿਓ, ODR-8 ਵੀ ਹੋ ਗਈ ਸੇਲ, ਅਤੇ ਹੁਣ ਚੱਲਦੇ ਹਾਂ ਉੱਪਰ, ਅਤੇ ਫਰਾਰੀ ਦਾ ਇਹ ਕਸਟ ਮੰਡੀਆਂ ਆਇਆ ਕੋਈ ਵਧੀਆ ਆ, ਅਤੇ ਹੁਣ ਪੋਸਚਰ ਦੇਖ ਲੈਂਦੇ ਹਾਂ। ਅਤੇ ਚਲੋ ਮੁੰਡਿਆ, ਪੋਸਚਰ ਦੇਖਦੇ ਹਾਂ ਕਸਟਮਰ ਕੀ ਰੇਟ ਦਿੰਦਾ ਪਿਆ, ਦੇਖ ਲੈਣੇ ਕੀ ਪ੍ਰਾਈਜ਼ ਦੇ ਰਿਹਾ। 3,00,000 ਦੀ ਆਪਾਂ ਲਾਈ ਹੈ, ਅਤੇ 1,99,000 ਦੇ ਰਹੀ ਹੈ, ਠੀਕ ਹੈ। ਅਤੇ ਇਹਨੂੰ ਭੇਜੋ ਜ਼ਰਾ ਵਾਪਸ, ਅਤੇ ਹੋਰ ਕਸਟਮਰ, ਦੂਜੇ ਕਸਟਮਰ ਨੂੰ ਪੁੱਛ ਲੈਂਦੇ ਹਾਂ, ਆਪਣੇ ਰੇਟ ਬਹੁਤ ਘੱਟ ਦੇ ਰਹੀ, ਅਤੇ ਦੂਜੇ ਕਸਟਮਰ ਨੂੰ ਪੁੱਛਦੇ ਹਾਂ। ਚਲੋ ਪ੍ਰਾਈਜ਼ ਪੁੱਛ ਲੈਂਦੇ ਹਾਂ, ਇਹ ਦੇ ਰਿਹਾ 2,39,000। 3,00,000 ਦੀ ਆਪਾਂ ਲਾਈ ਹੈ, ਅਤੇ ਇਹਨੂੰ ਆਪਾਂ 2,80,000 ਔਫਰ ਕਰ ਦਿੰਦੇ ਹਾਂ, ਅਤੇ ਇਹ ਥੋੜ੍ਹਾ ਘੱਟ ਦੇ ਰਿਹਾ, ਅਤੇ 2,80,000 ਔਫਰ ਕੀਤਾ, ਅਤੇ 2,80,000 ਤਾਂ ਮੰਨ ਗਿਆ। ਅਤੇ ਚਲੋ ਮੁੰਡੇ, ਪੋਰਸ਼ ਹੋ ਚੁੱਕੀ ਹੈ ਸੇਲ, ਅਤੇ ਹੁਣ ਆ ਚੁੱਕੇ ਹਾਂ ਆਪਾਂ ਸੁਪਰ ਆਲ, ਅਤੇ ਰਾਤ ਵੀ ਹੋ ਚੁੱਕੀ ਹੈ, ਅਤੇ ਦੇਖ ਲੈਂਦੇ ਹਾਂ ਇਹ ਕਿੰਨਾ ਦੇ ਪ੍ਰਾਈਜ਼ ਦੇ ਰਿਹਾ ਵਾ। ਇਹ ਤਾਂ ਬਹੁਤ ਘੱਟ ਦੇ ਰਿਹਾ, 1,00,000, ਅਤੇ ਇਹਨੂੰ ਆਪਾਂ 1,30,000 ਔਫਰ ਕਰ ਦਿੰਦੇ ਹਾਂ, ਅਤੇ 1,00,000 ਦੇ ਰਿਹਾ ਹੈਗਾ, ਅਤੇ 2,00,000 ਦੀ ਆਪਾਂ ਲਾਈ ਹੈ, ਅਤੇ 1,00,000 ਤਾਂ ਨਹੀਂ ਮੰਨਿਆ ਯਾਰ, ਇਹਨੂੰ ਆਪਾਂ 1,12,000 ਔਫਰ ਕਰ ਦਿੰਦੇ ਹਾਂ।
ਪਹਿਲਾਂ ਘੱਟ ਔਫਰ ਕੀਤਾ ਜੀ 1,20,000 ਔਫਰ ਕਰਦੇ ਹਾਂ, 1,20,000 ਤੇ ਮੰਨ ਜਾਣਾ ਚਾਹੀਦਾ ਵੈਸੇ, ਅਤੇ 1,20,000 ਤੇ ਮੰਨ ਗਿਆ। ਚਲੋ ਮੁੰਡੇ ਸੁਪਰਾ ਵੀ ਹੋ ਚੁੱਕੀ ਹੈ ਸੇਲ, ਅਤੇ ਹੁਣ ਚਲਦੇ ਆਪਾਂ ਮਸਟੈਂਗ ਆਲ, ਅਤੇ ਕੁੜੀ ਕਿੰਨਾ ਦੇ ਰਹੀ ਹੈ? ਓਹੋ, ਇਹ ਤਾਂ ਬਹੁਤ ਘੱਟ ਦੇ ਰਹੀ ਹੈ ਯਾਰ, 1,00,000 ਦੀ ਆਪਾਂ ਗੱਡੀ ਲਾਈ ਹੈ, ਇਹਦਾ ਪ੍ਰਾਈਜ਼ ਇਹ ਘੱਟ ਦੇ ਰਹੀ, ਇਹਨੂੰ ਨਹੀਂ ਵੇਚਣੀ ਆਪਾਂ ਗੱਡੀ, ਅਤੇ ਦੇਖ ਲਏ ਮੰਨ ਜਾਏ ਨਹੀਂ ਮੰਨੀ, ਚਲੋ ਇਹਨੂੰ ਭੇਜੋ ਵਾਪਸ, ਅਤੇ ਇਹਨੂੰ ਵੀ ਪੁੱਛ ਲੈਂਦੇ BMW ਦਾ, ਨਹੀਂ ਉਹਨੂੰ ਪੁੱਛਦੇ, ਕੁੜੀ ਨੂੰ ਪੁੱਛਦੇ ਹਾਂ ਜੇ ਕੋਈ ਵਧੀਆ ਪ੍ਰਾਈਜ਼ ਦੇ ਦੇ, ਅਤੇ ਨਹੀਂ ਬਹੁਤ ਘੱਟ ਦੇ ਰਹੀ ਆ ਵੀ, ਅਤੇ ਇਹ ਵੀ ਬਹੁਤ ਘੱਟ ਦੇ ਰਹੀ, ਇਹਨੂੰ ਭੇਜੋ, ਚਲੋ ਇਹਨੂੰ ਡਿਸਕਾਊਂਟ 22,000 ਔਫਰ ਕੀਤਾ, ਨਹੀਂ ਮੰਨੀ, ਚਲੋ ਇਹਨੂੰ ਭੇਜ ਵਾਪਸ, ਅਤੇ ਇਹਨੂੰ ਪੁੱਛ ਲੈਂਦੇ ਅੰਕਲ ਜੀ ਨੂੰ, ਅੰਕਲ ਜੀ ਮੰਨ ਜਾਣ ਸ਼ਾਇਦ, ਪ੍ਰਾਈਜ਼ ਦੇਖ ਲੈਂਦੇ ਕੀ ਦਿੰਦੇ ਪਏ ਨੇ। ਚਲੋ ਮੁੰਡੇ ਆਪਾਂ 30,000 ਦੀ ਲਾਈ ਹੈ, ਅਤੇ ਇਹ ਦੇ ਰਹੇ 18,000, ਇਹਨੂੰ ਆਪਾਂ 22,000 ਔਫਰ ਕਰਕੇ ਦੇਖਦੇ ਹਾਂ, 22,000 ਅਤੇ ਮੰਨ ਜੇ ਨਹੀਂ ਮੰਨਿਆ ਯਾਰ ਅੰਕਲ ਜੀ, ਫਿਰ ਇਹਨੂੰ ਆਪਾਂ ਕਰ ਦਿੰਦੇ ਹਾਂ 21,000 ਔਫਰ ਕਰ ਦਿੰਦੇ ਹਾਂ, ਅਤੇ 21,000 ਤੇ ਮੰਨ ਜਾਣਾ ਚਾਹੀਦਾ ਅੰਕਲ ਜੀ ਨੂੰ, 21,000 ਤੇ ਵੀ ਮੰਨ ਕੇ ਚਲੋ। ਚਲੋ ਮੁੰਡੇ ਹੋ ਚੁੱਕੀ ਹੈ ਸੇਲ, ਅਤੇ ਗੱਡੀ ਆਪਣੀ BMW ਹੋ ਚੁੱਕੀ ਹੈ, ਅਤੇ ਸ਼ੋਰੂਮ ਨੂੰ ਕਰ ਦਿੰਦੇ ਆਪਾਂ ਦੁਬਾਰਾ ਤੋਂ ਓਪਨ, ਥੱਲੇ ਆਪਣੀਆਂ ਰਹਿ ਗਈਆਂ, ਥੱਲੇ ਰਹਿ ਗਈ ਇੱਕ ਗੱਡੀ ਅਤੇ ਉੱਤੇ ਵੀ ਰਹਿ ਗਈ ਇੱਕ ਗੱਡੀ, ਅਤੇ ਚੱਲਦੇ ਹੁਣ ਸਿੱਧਾ ਉੱਤੇ। ਚਲੋ ਮੁੰਡੇ ਆਪਾਂ ਆ ਚੁੱਕੇ ਹਾਂ ਮਸਟੈਂਗ ਦੇ ਕਸਟਮਰ ਆਲ, ਅਤੇ ਹੁਣ ਦੇਖ ਲੈਂਦੇ ਕੀ ਪ੍ਰਾਈਜ਼ ਦਿੰਦੇ ਪਏ ਹੈ, ਇਹ ਦੇ ਰਹੇ ਨੇ 59 ਪ੍ਰਾਈਜ਼ ਦੇ ਰਹੇ, ਅਤੇ ਆਪਾਂ 1,00,000 ਦੀ ਲਾਈ ਹੈ, ਮਤਲਬ 60,000 ਦੇ ਰਹੇ, ਸਮਝ ਲਓ 59 ਦੇ ਰਹੇ ਨੇ, ਅਤੇ ਇਹਨੂੰ ਆਪਾਂ 68 ਔਫਰ ਕਰ ਦਿੰਦੇ ਹਾਂ, ਅਤੇ 68 ਤੇ ਮੰਨ ਜਾਣਾ ਚਾਹੀਦਾ, ਮੰਨ ਗਈ ਚਲੋ ਮੁੰਡਿਓ, ਅਤੇ ਆਪਣੀ ਮਸਟੈਂਗ ਵੀ ਹੋ ਚੁੱਕੀ ਹੈ ਸੇਲ, ਅਤੇ ਹੁਣ ਚਲਦੇ ਹਾਂ ਥੱਲੇ, ਇੱਕ ਕਾਰ ਰਹਿ ਗਈ ਆਪਣੀ ਸਿਰਫ, ਉਹ ਰਹਿ ਗਈ ਆਪਣੀ ਫਰਾਰੀ, ਅਤੇ ਹੁਣ ਦੇਖ ਲੈਂਦੇ ਫਰਾਰੀ ਦਾ ਕੀ ਪ੍ਰਾਈਜ਼ ਦੇ ਰਹੇ ਨੇ, ਅਤੇ ਇਹਨੂੰ ਪੁੱਛ ਲੈਂਦੇ ਹਾਂ ਪਹਿਲਾਂ ਕੀ ਪ੍ਰਾਈਜ਼ ਦੇ ਰਹੇ, ਕੀ ਪ੍ਰਾਈਜ਼ ਦੇ ਰਹੇ, ਦੇਖ ਲੈਂਦੇ ਹਾਂ, ਇਹ ਦੇ ਰਹੇ ਨੇ, ਇਹ ਦੇ ਰਹੇ ਨੇ 4,36,000, ਅਤੇ ਆਪਾਂ ਇਹਨੂੰ ਔਫਰ ਕਰ ਦਿੰਦੇ ਹਾਂ ਫਿਰ 5,20,000, ਅਤੇ ਔਫਰ ਕਰ ਦਿੰਦੇ ਹਾਂ 8,00,000, ਆਪਾਂ 8,00,000 ਦੀ ਖਰੀਦੀ, ਅਤੇ ਇਹਨੂੰ ਆਪਾਂ ਔਫਰ ਕਰਕੇ ਦੇਖਿਆ, ਹੁਣ ਨਹੀਂ ਮੰਨੀ, ਫਿਰ 5,00,000 ਕਰ ਦਿੰਦੇ ਹਾਂ ਔਫਰ, ਅਤੇ 5,00,000 ਤੇ ਮੰਨ ਜਾ 5,00,000 ਤੇ ਮੰਨ ਗਈ। ਚਲੋ ਮੁੰਡੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ, ਮਿਲਦੇ ਹਾਂ ਅਗਲੀ ਵੀਡੀਓ 'ਚ, ਗੁੱਡ ਬਾਏ ਗਾਇਸ, ਲਵ ਯੂ, ਪੀਸ ਆਊਟ।